ਇਹ ਟੂਅਨੀ ਪਰਿਕਹਾਣੀ ਹੈ ਬੁੱਢਾ ਕੱਕਰ ਤੇ ਜਵਾਨ ਕੱਕਰ ਇੱਕ ਵਾਰੀ ਦੀ ਗੱਲ ਏ ਬੁੱਢਾ ਬਾਪੂ ਕੱਕਰ ਹੁੰਦਾ ਸੀ ਤੇ ਉਹਦਾ ਇੱਕ ਪੁੱਤਰ ਸੀ ਜਵਾਨ ਕੱਕਰ ਤੇ ਮੁੰਡਾ ਐਡਾ ਸ਼ੇਖੀ ਖੋਰਾ ਹੁੰਦਾ ਸੀ ਕਿ ਦੱਸਣ ਲਈ ਲਫ਼ਜ਼ ਨਹੀਂ ਲੱਭ ਸਕਦੇ ਉਹਦੀਆਂ ਗੱਲਾਂ ਸੋਨੇ ਖਿਆਲ ਆ ਸਕਦਾ ਸੀ ਕਿ ਜਿੰਨਾ ਤਕੜਾ ਤੇ ਚਤਰੋ ਹੈ ਉਹਦਾ ਤਕੜਾ ਤੇ ਚਤਰ ਦੁਨੀਆ 'ਚ ਹੋਰ ਕੋਈ ਨਹੀਂ ਹੋਣ ਲੱਗਾ ਇਕ ਦਿਨ ਜਵਾਨ ਕੱਕਰ ਦੇਲੇ ਦਿਲ ਚ ਕਹਿਣ ਲੱਗਾ ਪਿਓ ਮੇਰਾ ਬੁੱਢਾ ਹੋ ਗਿਆ ਤੇ ਉਹ ਆਪਣਾ ਕੰਮ ਚੰਗੀ ਤਰ੍ਹਾਂ ਨਹੀਂ ਕਰ ਰਿਹਾ ਮੈਂ ਜਵਾਨ ਆ ਤੇ ਤਾਕਤਵਰ ਤੇ ਲੋਕਾਂ ਨੂੰ ਯਖ ਮੈਂ ਉਸ ਤੋਂ ਕਿਤੇ ਚੰਗੀ ਤਰ੍ਹਾਂ ਕਰ ਸਕਣਾ ਕੋਈ ਮੇਰੇ ਤੋਂ ਲੁਕ ਨਹੀਂ ਸਕਦਾ ਕੋਈ ਮੈਨੂੰ ਹਰਾ ਨਹੀਂ ਸਕਦਾ ਹਰ ਕਿਸੇ ਦੀ ਮੈਂ ਖੰਭ ਠੱਪ ਸਕਣਾ ਤੇ ਜਵਾਨ ਕੱਕਰ ਯਖ ਕਰਨ ਲਈ ਕਿਸੇ ਦੀ ਪਾਲ ਵਿੱਚ ਨਿਕਲ ਪਿਆ ਉੜਦਾ ਉੜਦਾ ਇੱਕ ਸੜਕ ਤੇ ਨਿਕਲ ਆਇਆ ਉਹਨੇ ਵੇਖਿਆ ਇੱਕ ਜ਼ਗੀਰਦਾਰ ਬੱਗੀ 'ਚ ਬੈਠਾ ਜਾ ਰਿਹਾ ਸੀ। ਬੱਗੀ ਅੱਗੇ ਇੱਕ ਸੋਹਣਾ ਤੇ ਮੋਟਾ ਤਾਜ਼ਾ ਘੋੜਾ ਜੁੱਪਿਆ ਹੋਇਆ ਸੀ। ਜ਼ਗੀਰਦਾਰਾ ਉੱਚਾ ਲੰਮਾ ਤੇ ਮੋਟਾ ਸੀ। ਉਹਨੇ ਪਸ਼ਮ ਦਾ ਗਰਮ ਕੋਟ ਪਾਇਆ ਹੋਇਆ ਸੀ ਤੇ ਉਹਦੀਆਂ ਲੱਤਾਂ ਗਲੀਚੇ ਨਾਲ ਕੱਜੀਆਂ ਹੋਈਆਂ ਸਨ। ਜਵਾਨ ਕੱਕਰ ਨੇ ਜ਼ਗੀਰਦਾਰ ਵੱਲ ਤੱਕਿਆ ਤੇ ਹੱਸ ਪਿਆ। ਹੂੰ। ਉਹਨੇ ਆਖਿਆ, ਆਪਣੇ ਆਪ ਨੂੰ ਜਿੰਨੀ ਮਰਜ਼ੀ ਪਛਮਾਨ ਨਾਲ ਕੱਜ ਲੈ ਤੇਰਾ ਬਚਾ ਨਹੀਂ ਹੋ ਸਕਣ ਲੱਗਣਾ ਤੇਰਾ ਬਚਾ ਨਹੀਂ ਹੋ ਸਕਣ ਲੱਗਾ ਬੁੱਢੜਾ ਮੇਰਾ ਬਾਪੂ ਸ਼ਾਇਦ ਤੇਰੇ ਨਾਲ ਨਾ ਸਿੱਝ ਸਕਦਾ ਪਰ ਮੈਂ ਸਿੱਝ ਸਕਣਾ ਤੇਰੀਆਂ ਹੱਡੀਆਂ ਤੱਕ ਠਾਰ ਦਿਆਂਗਾ ਠਹਿਰ ਜਾ ਤੂੰ ਨਾ ਤੇਰੇ ਪਛਮ ਦੇ ਕੋਟ ਨੇ ਕੁਝ ਬਣਾ ਸਕਣਾ ਨਾ ਤੇਰੇ ਗਲੀਚੇ ਨੇ ਤੇ ਜਵਾਨ ਕੱਕਰ ਉੱਡ ਕੇ ਜ਼ਗੀਰਦਾਰ ਕੋਲ ਆ ਪਹੁੰਚਿਆ ਤੇ ਉਹਦੇ ਪਿੱਛੇ ਪੈ ਗਿਆ ਤੇ ਉਹਨੂੰ ਜਿੱਚ ਕਰਨ ਲੱਗਾ ਗਲੀਚੇ ਹੀਟਵੜ ਉਹਦੀਆਂ ਬਾਹਾਂ ਅੰਦਰ ਰੀਂਗ ਛੁੱਪ ਲਈ ਉਹਦੇ ਗਲਮੇ 'ਚ ਘੁਸੜ ਕੇ ਉਹਦੇ ਨੱਕ ਨੂੰ ਚੁੰਡ ਕੇ ਇਹ ਵੇਖ ਜ਼ਗੀਰਦਾਰ ਨੇ ਕੋ ਜਵਾਨ ਹੁਕਮ ਦਿੱਤਾ ਘੋੜੇ ਨੂੰ ਛਾਂਟਾ ਮਾਰੇ ਮੈਂ ਮਰ ਜਾਣਾ ਯਖ ਹੋ ਕੇ ਉਹ ਕੂਕਿਆ ਯਖ ਮਤਲਬ ਠੰਡਾ ਠਾਰ ਕਿ ਜਵਾਨ ਕੱਕਰ ਜਾਗੀਰਦਾਰ ਦੇ ਹੋਰ ਬਹੁਤਾ ਪਿੱਛੇ ਪੈਂਦਾ ਗਿਆ। ਉਹਨੇ ਉਹਦਾ ਉਹਦੇ ਨੱਕ ਨੂੰ ਇੰਨਾ ਚੁੰਡਿਆ ਕਿ ਪੀੜ ਕਰਨ ਲੱਗ ਪਿਆ। ਉਹਨੇ ਉਹਦੇ ਹੱਥਾਂ ਤੇ ਉਹਦੇ ਹੱਥ ਤੇ ਲੱਤਾਂ ਠਾਰ ਦਿੱਤੀਆਂ ਤੇ ਉਹਨੂੰ ਸਹਾਉ ਸਾਈ ਕਰ ਦਿੱਤਾ। ਜਾਗੀਰਦਾਰ ਇੱਧਰ ਹੁੰਦਾ ਤੇ ਉੱਧਰ ਹੁੰਦਾ ਆਪਣੀ ਥਾਂ ਉੱਤੇ ਕਲਮ ਲਾਉਂਦਾ ਤੇ ਪਾਲੇ ਨਾਲ ਊਠਰੂ ਊਠਰੂ ਕਰਨ ਤੇ ਸੁੰਘੜਨ ਲੱਗ ਪਿਆ। ਹੋਰ ਤੇਜ਼ ਚਲਾ। ਉਹਨੇ ਚਿਲਕ ਕੇ ਕੋਚਵਾਨ ਨੂੰ ਆਵਾਜ਼ ਦਿੱਤੀ ਹੋਰ ਤੇਜ਼। ਪਰ ਕੁਛ ਚਰਪਿਚੋਂ ਨੇ ਕੂਕਣਾ ਬੰਦ ਕਰ ਦਿੱਤਾ ਕਿਉਂਕਿ ਉਹਦੇ ਕੋਲੋਂ ਬੋਲਿਆ ਹੀ ਨਹੀਂ ਸੀ ਜਾ ਰਿਹਾ ਜਦੋਂ ਘਰ ਪਹੁੰਚਿਆ ਉਹਨੂੰ ਅਧਮੋਈ ਹਾਲਤ ਵਿੱਚ ਬੱਗੀ ਚੋਂ ਬਾਹਰ ਕੱਢਿਆ ਗਿਆ ਤਾਂ ਜਵਾਨ ਕਕਰ ਉੜਦਾ ਉੜਦਾ ਆਪਣੇ ਪਿਓ ਬੁੱਢੇ ਕਕਰ ਕੋਲ ਆਇਆ ਤੇ ਫੜਾਂ ਤੇ ਛੇਕੀਆਂ ਮਾਰਨ ਲੱਗ ਪਿਆ ਵੇਖ ਮੇਰੇ ਵੱਲ ਬਾਪੂ ਉਹ ਕੂਕਿਆ ਵੇਖ ਮੇਰੇ ਵੱਲ ਮੇਰੇ 'ਚ ਬੜਾ ਜ਼ੋਰ ਈ ਤੂੰ ਮੇਰਾ ਮੁਕਾਬਲਾ ਕਦੀ ਨਹੀਂ ਕਰ ਸਕਣ ਲੱਗਾ ਵੇਖ ਸਈ ਮੇਕ ਕਿੱਡੇ ਉੱਚੇ ਲੰਮੇ ਮੋٹے ਜ਼ਗੀਰਦਾਰ ਨੂੰ ਯਕ ਕਰਕੇ ਰੱਖ ਦਿੰਦਾ ਹੈ ਤੇ ਕਿੱਡੇ ਨਿੱਗੇ ਕੋਟੇ ਹੇਠਾਂ ਮੈਂ ਰੀਂਗ ਵੜਿਆ ਸਾਂ ਤੇ ਇਥੋਂ ਇੰਜ ਨਹੀਂ ਹੋ ਸਕਣਾ ਤੇ ਇਥੋਂ ਐਡੇ ਵੱਡੇ ਤੇ ਤਕੜੇ ਜੁੱਸੇ ਵਾਲੇ ਵਾਲਾ ਬੰਦਾ ਯਕ ਕਦੇ ਨਹੀਂ ਹੋਣਾ ਮੁੱਢਾ ਕਕਰ ਮੁਸਕਰਾਇਆ ਸ਼ੇਖੀ ਖੋ ਰਿਆ ਉਹਨੇ ਆਖਿਆ ਐਡੀ ਕਾਲ ਨਾ ਕਰ ਆਪਣੇ ਜ਼ੋਰ ਤੇ ਹਿੰਮਤ ਦੀਆਂ ਫੜਾਂ ਮਾਰਨ ਦੀ ਠੀਕ ਹੈ ਤੂੰ ਉਸ ਮੋਟੀ ਮੋٹے ਜ਼ਗੀਰਦਾਰ ਨੂੰ ਯਕ ਕਰ ਦਿੱਤਾ ਉਦੇ ਗਰਮ ਕੋਟ ਵੜ ਗਏ ਹਾਂ ਪਰ ਇਹ ਤੂੰ ਕੋਈ ਮੱਲ ਨਹੀਂ ਮਾਰ ਲਈ ਉਧਰ ਵੇਖ ਫਾਟੇ ਪੁਰਾਣੇ ਕੋਟ ਵਾਲਾ ਮਾੜ ਝੋ ਜਿਆ ਉਹ ਜੱਟ ਵੇਖੇ ਮਾੜ ਝੋ ਜੇ ਘੋੜੇ ਤੇ ਚੜਿਆ ਜਾਂਦਾ ਆਹੋ ਵੇਖਿਆ ਠੀਕ ਉਹ ਲੱਕਣਾ ਵੱਡਨ ਜੰਗਲ ਚ ਜਾ ਰਿਹਾ ਕੋਸ਼ਿਸ਼ ਕਰਖਾ ਉਹਨੂੰ ਯਖ ਕਰਨ ਦੀ ਜੇ ਕਾਮਯਾਬ ਹੋ ਗਏ ਹਾਂ ਤਾਂ ਮੈਂ ਮੰਨ ਜਾਗਾ ਜਦੋਂ ਆਖੇਗਾ ਤੂੰ ਬੜੇ ਜ਼ੋਰ ਵਾਲਾ ਹੈ ਵਾ ਕਮਾਲ ਕਰ ਦਿੱਤੀ ਜਵਾਨ ਕਕਰ ਚਿਲਕਿਆ ਇਹਨੂੰ ਤਾਂ ਮੈਂ ਕੋਪਾਲਟੀਆਂ ਕਰਕੇ ਰੱਖ ਦਿਆਂਗਾ ਤੇ ਜਵਾਨ ਕੱਕਰ ਉੱਪਰ ਹਵਾ ਚੁੱਠਿਆ ਤੇ ਜੱਟ ਨੂੰ ਜਾਰਣ ਲਈ ਉੱਡ ਪਿਆ ਉਹਨੂੰ ਜਾਰਲਿਆ ਤੇ ਉਹਦੇ ਉੱਤੇ ਟੁੱਟ ਪਿਆ ਪਿੱਛੇ ਪੈ ਗਿਆ ਉਹਨੂੰ ਜਿੱਚ ਕਰਨ ਲੱਗ ਪਿਆ ਉਹ ਉਹਦੇ ਉੱਤੇ ਕਦੇ ਇੱਕ ਪਾਸੇ ਉੱਡ ਕੇ ਪੈਂਦਾ ਕਦੇ ਦੂਜੇ ਪਾਸੇ ਪਰ ਜੱਟ ਘੋੜਾ ਹਿੱਕੇ ਗਿਆ ਤੇ ਉਹ ਕਾਂਟ ਗਿਆ ਫਿਰ ਜਵਾਨ ਕੱਕਰ ਉਹਦੇ ਪੈਰਾਂ ਨੂੰ ਢੂੰਡਣ ਲੱਗਾ ਪਰ ਕਿਸਾਨ ਸਲੇਜ ਵਿੱਚੋਂ ਕੁੱਦ ਖਲੋਤਾ ਤੇ ਘੋੜੇ ਦੇ ਨਾਲ-ਨਾਲ ਭੱਜਣ ਲੱਗ ਪਿਆ। ਠਹਿਰ ਜਾ ਤੂੰ। ਜਵਾਨ ਕੱਕਰ ਨੇ ਸੋਚਿਆ ਤੈਨੂੰ ਜੰਗਲ 'ਚ ਯੱਕ ਕਰਾਂਗਾ। ਜਦੋਂ ਜੰਗਲ 'ਚ ਪਹੁੰਚਿਆ ਉਹਨੇ ਆਪਣਾ ਕੋਹਾੜਾ ਕੱਢਿਆ ਤੇ ਕੇਲੋਂ ਤੇ ਬਰਚ ਦੇ ਦਰਖਤਾਂ ਨੂੰ ਇੰਜ ਵੱਢਣ ਲੱਗਾ ਕਿ ਚੋਂ ਐ ਪਾਸੇ ਛਾੜੇ ਉੱਢਣ ਲੱਗੇ। ਤੇ ਜਵਾਨ ਕੱਕਰ ਨੇ ਉਹਨੂੰ ਚੈਨ ਨਾ ਲੈਣ ਦਿੱਤਾ। ਉਹਨੇ ਉਹਨੂੰ ਹੱਥਾਂ ਤੇ ਲੱਤਾਂ ਤੋਂ ਫੜ ਲਿਆ ਤੇ ਉਹਦੇ ਗਲਮੇ 'ਚ ਜਾਵੜਿਆ। ਪਰ ਜਵਾਨ ਕੱਕਰ ਜਿੰਨਾ ਬਹੁਤ ਜ਼ੋਰ ਜੱਟ ਨੂੰ ਯਕ ਕਰਨ ਲਈ ਲੰਦਾ ਉਹਨਾਂ ਉਹਨੇ ਬਹੁਤ ਹੀ ਜ਼ੋਰ ਨਾਲ ਜੱਟ ਕੋਹਾੜੇ ਨੂੰ ਘੁਮਾ ਕੇ ਮਾਰਦਾ ਤੇ ਉਹਨਾਂ ਬਹੁਤ ਹੀ ਉਹ ਦਰਖਤ ਵੱਢ ਸਕਦਾ ਅਖੀਰ ਚ ਉਹਨੇ ਉਹਨੂੰ ਇੰਨੀ ਗਰਮੀ ਲੱਗਣ ਲੱਗ ਪਈ ਕਿ ਉਹਨੇ ਆਪਣੇ ਦਸਤਾਨੇ ਲਾ ਛੱਡੇ ਜਵਾਨ ਕੱਕਰ ਉਹਨਾਂ ਚ ਜੱਟ ਦੇ ਪਿੱਛੇ ਪਿਆਰ ਆ ਜਿਨ੍ਹਾਂ ਚ ਰੂਪ ਥੱਕ ਟੁੱਟ ਨਾ ਗਿਆ ਕੋਈ ਗੱਲ ਨਹੀਂ ਉਹ ਦਿਲ ਚ ਕਹਿਣ ਲੱਗਾ ਹਰਾ ਤੈਨੂੰ ਮੈਂ ਲੈਣਾ ਹੀ ਜਦੋਂ ਘਰ ਜਾ ਰਿਹਾ ਹੋਏਗਾ ਹੱਡੀਆਂ ਤੱਕ ਠਾਰ ਦੇਣਾ ਤੈਨੂੰ ਜਵਾਨ ਕੱਕਰ ਸਲੇਜ ਵੱਲ ਭੱਜਿਆ ਤੇ ਜੱਟ ਦੇ ਦਸਤਾਨੇ ਵੇਖ ਰੀਂਗ ਉਹਦੇ ਅੰਦਰ ਜਾਵੜਿਆ ਉੱਥੇ ਬੈਠਾ ਰਿਹਾ ਦਿਲੀ ਦਿਲ ਚ ਕਹਿੰਦਾ ਹੱਸਣ ਲੱਗਾ ਵੇਖਣਾ ਜੱਟ ਆਪਣੇ ਦਸਤਾਨੇ ਕਿਵੇਂ ਪੰਦ ਹੈ ਇਹਨਾਂ ਅਕੜਾ ਦਿੱਤਾ ਮੈਂ ਇਹਨਾਂ ਨੂੰ ਕਿ ਅੰਦਰ ਉਂਗਲਾਂ ਵੀ ਨਹੀਂ ਬਾੜੀਆਂ ਜਾ ਸਕਦੀਆਂ ਜਵਾਨ ਕੱਕਰ ਜੱਟ ਦੇ ਦਸਤਾਨਿਆਂ ਚ ਬੈਠਾ ਰਿਹਾ ਤੇ ਜੱਟ ਲੱਕੜਾਂ ਵੜਦਾ ਰਿਹਾ ਲੱਗਦਾ ਸੀ ਉਹਨੂੰ ਹੋਰ ਕਿਸੇ ਚੀਜ਼ ਦਾ ਖਿਆਲ ਤੱਕ ਨਹੀਂ ਸੀ ਆ ਰਿਹਾ ਉਹਨਾਂ ਚਿਰਵੜਦਾ ਗਿਆ ਜਿੰਨਾ ਚਿਰ ਉਹਨੂੰ ਉਹਨੇ ਪੂਰੇ ਗੱਡੇ ਜਿੰਨਾ ਲਾਦਾ ਤਿਆਰਨਾ ਕਰ ਲਿਆ ਹੁਣ ਜੱਟ ਨੇ ਆਖਿਆ ਘਰ ਜਾ ਸਕਨਾ ਮੈਂ ਉਹਨੇ ਆਪਣੇ ਦਸਤਾਨੇ ਫੜੇ ਤੇ ਉਹਨਾਂ ਨੂੰ ਪਾਉਣ ਦਾ ਯਤਨ ਕਰਨ ਲੱਗਾ ਪਰ ਉਹ ਪੱਥਰ ਵਾਂਗ ਪੀੜੇ ਆਕੜੇ ਹੋਏ ਸਨ ਅੱਛਾ ਤੇ ਹੁਣ ਕੀ ਕਰੇਗਾ ਜਵਾਨ ਕਕਰ ਹੱਸਦਿਆਂ ਸੋਚਣ ਲੱਗਾ ਪਰ ਜੱਟ ਨੇ ਵੇਖ ਕੇ ਕਿ ਉਹਦੇ ਤੋਂ ਦਸਤਾਨੇ ਨਹੀਂ ਪੈ ਰਹੇ ਆਪਣਾ ਕੁਹਾੜਾ ਫੜਿਆ ਤੇ ਦਸਤਾਨੇ ਉੱਤੇ ਇੱਕ ਸਾਰ ਸੱਟਾ ਮਾਰਨ ਲੱਗਾ ਜੱਟ ਕੁਹਾੜੇ ਨਾਲ ਦਸਤਾਨਿਆਂ ਦੇ ਭਾ ਭਾ ਮਾਰਦਾ ਗਿਆ ਤੇ ਜਵਾਨ ਕਕਰ ਉਹਦੇ ਅੰਦਰ ਉਹੀ ਉਹੀ ਕਰਦਾ ਗਿਆ ਤੇ ਜੱਟ ਨੇ ਜਵਾਨ ਕਕਰ ਨੂੰ ਐਡਾ ਸਖਤ ਕੁਟਾਪਾ ਚਾੜਿਆ ਕਿ ਉਹ ਅਧਮੋਇਆ ਹੋ ਗਿਆ ਤੇ ਜੱਟ ਤੋਂ ਭੱਜ ਨਿਕਲਿਆ ਕੋੜੇ ਨੂੰ ਕੁਕਾਂ ਮਾਰ ਮਾਰ ਹਿੱਕਦਾ ਜੱਟ ਲੱਕੜ ਲੈ ਘਰ ਵੱਲ ਨੂੰ ਹੋ ਪਿਆ ਤੇ ਜਵਾਨ ਕੱਕਰ ਹਾਈ ਹਾਈ ਕਰਦਾ ਪੈਰ ਘੜੀਸਦਾ ਆਪਣੇ ਪਿਓ ਵੱਲ ਚੱਲ ਪਿਆ ਬੁੱਢੇ ਕੱਕਰ ਨੇ ਜਵਾਨ ਕੱਕਰ ਨੂੰ ਤੱਕਿਆ ਤੇ ਉਹਦਾ ਹਾਸਾ ਹੀ ਨਿਕਲ ਗਿਆ ਕੀ ਹੋਇਆ ਈ ਪਤਰਾ ਉਹਨੇ ਪੁੱਛਿਆ ਇਹਦੇ ਪੈਰ ਕਿਉਂ ਘੜੀਸਦਾ ਆ ਰਿਹਾ ਹੈ ਜੱਟ ਨੂੰ ਯਖ ਕਰਦਿਆਂ ਕਰਦਿਆਂ ਬਿਲਕੁਲ ਚੂਰ ਹੋ ਗਿਆ ਤੇ ਐਡੀ ਬੁਰੀ ਤਰ੍ਹਾਂ ਹਾਈ ਹਾਈ ਕਿਉਂ ਕਰ ਰਿਹਾ ਹੈ ਕੋਣ ਨਾ ਕਰਦਾ ਜੇ ਮੇਰੀ ਥਾਂ ਹੁੰਦਾ ਤਾਂ ਜੱਟ ਨੇ ਜਿਹੜੀ ਤੈ ਬੜ ਚਾੜੀ ਏ ਉਹਦੇ ਨਾਲ ਮੇਰੇ ਪਾਸੇ ਭੇੜ ਕਰ ਰਹੇ ਨਹੀਂ ਵੇਖ ਪਤਰਾ ਇਹ ਤੋਂ ਸਬਕ ਸਿੱਖ ਵੇਲੜ ਜਗੀਰਦਾਰਾਂ ਨੂੰ ਮਰੋੜਾ ਚੜਨਾ ਤਾਂ ਸੌਖਾ ਏ ਕਿਉਂਕਿ ਵੇਲੇ ਹੁੰਦੇ ਨੇ ਤੇ ਜੱਟ ਨੂੰ ਕੋਈ ਨਹੀਂ ਹਰਾ ਸਕਦਾ ਕਿਉਂਕਿ ਉਹ ਕੰਮ ਕਰਦੇ ਨੇ ਕੰਮ ਕਰਨ ਵਾਲਿਆਂ ਨੂੰ ਕੌਣ ਹਰਾ ਸਕਦਾ ਤੇ ਇਹ ਗੱਲ ਕਦੀ ਭੁੱਲੀ ਨਾ ਤੂੰ ਤਾਂ